ਜਿਹੜਾ ਆਪਣਾ ਕੰਮ ਹੈ ਆਪਣਾ ਕੰਮ ਸਾਡਾ ਕੰਮ ਕੀ ਆ ਹੁਣ ਅਸੀਂ ਤਿੰਨ ਦਿਨ ਆਉਂਦੇ ਹਾਂ ਹੁਣ ਆਹ ਟੂਰ ਸੀ ਸਾਡਾ ਦੋ ਦਿਨਾਂ ਦਾ ਅਸੀਂ ਕੱਲ੍ਹ ਆਏ ਸੀਗੇ ਕੱਲ੍ਹ ਅਸੀਂ ਸਰਪੰਚ ਸਾਹਿਬ ਸੈਕਟਰੀ ਸਾਹਿਬ ਨੂੰ ਮਿਲੇ ਜਿਹੜਾ ਕੁਛ ਤੁਹਾਡੇ ਗ੍ਰਾਮ ਸੇਵਕ ਨੇ ਤੁਹਾਡੇ ਤੋਂ ਕਰਾਇਆ ਹੋਇਆ ਸੀਗਾ ਜੀ ਆਰ ਐਸ ਨੇ ਕੰਮ ਧੰਦਾ ਉਹਦਾ ਰਿਕਾਰਡ ਚੈੱਕ ਕਰਿਆ ਫਿਰ ਜਿਹਨੇ ਜਿਹਨੇ ਕੰਮ ਕਰਿਆ ਸੀਗਾ ਉਹਨਾਂ ਦੇ ਜੋਬ ਕਾਰਡ ਚੈੱਕ ਕਰੇ ਕੱਲ੍ਹ ਜਿੱਥੇ ਜਿੱਥੇ ਤੁਸੀਂ ਕੰਮ ਕਰਿਆ ਸੀ ਜਿਵੇਂ ਦੋ ਗਲੀਆਂ ਬਣੀਆਂ ਹੋਈਆਂ ਸੀ ਘਰ ਦੇ ਕੰਮ ਕਰਿਆ ਰੋਡਾਂ ਦੇ ਕੰਮ ਕਰਿਆ ਪਾਰਕ 'ਚ ਕਰਿਆ ਉਹ ਸਾਰਾ ਚੈੱਕ ਕਰਿਆ ਜੀ ਕੱਲ੍ਹ ਜਾ ਕੇ ਠੀਕ ਹੈ ਅੱਜ ਹੈ ਤੀਜਾ ਦਿਨ ਹੁਣ ਅੱਜ ਜਿਹੜਾ ਤੀਜਾ ਦਿਨ ਹੈ ਇਹਦੇ ਵਿੱਚ ਆਪਣੀ ਗ੍ਰਾਮ ਸਭਾ ਰੌਲਾ ਨਾ ਪਾਓ ਜੀ ਅੱਜ ਜਿਹੜਾ ਆਪਣਾ ਤੀਜਾ ਦਿਨ ਗ੍ਰਾਮ ਸਭਾ ਕੀ ਹੁੰਦੀ ਹੈ ਕਿਵੇਂ ਕੰਮ ਕਰਦੀ ਹੈ ਕੀ ਇਹਦੀ ਪਾਵਰ ਹੈ ਵੀ ਸਾਰਾ ਕੁਝ ਠੀਕ ਹੈ ਹੁਣ ਅੱਜ ਤੀਜਾ ਦਿਨ ਹੈ ਇਹ 'ਚ ਗ੍ਰਾਮ ਸਭਾ 'ਚ ਆਪਾਂ ਤੁਹਾਡੇ ਮਤੇ ਪਾ ਰਹੇ ਹਾਂ ਕੰਮਾਂ ਦੇ ਠੀਕ ਹੈ ਜੀ ਉਹ ਵੀ ਬਹੁਤ ਬਹੁਤ ਧੰਨਵਾਦ ਠੀਕ ਹੈ ਸਾਰਾ ਕੁਝ ਦੱਸਾਂਗੇ ਅਤੇ ਹੁਣ ਅਸੀਂ ਤੁਹਾਨੂੰ ਆਪਦੇ ਬਾਰੇ ਦੱਸਤਾ ਅੱਗੇ ਦੀ ਗੱਲ ਹੈ ਵੀ ਤੁਸੀਂ ਉਹ ਨਰੇਗਾ ਵਰਕਰ ਨਰੇਗਾ ਅਧੀਨ ਕੰਮ ਕਰ ਰਹੇ ਹਾਂ ਠੀਕ ਹੈ ਨਰੇਗਾ ਅਧੀਨ ਕੰਮ ਕਰ ਰਹੇ ਹੋ ਜਿਹਦੇ ਵਿੱਚ ਤੁਹਾਨੂੰ 100 ਦਿਨ ਦਾ ਰੁਜ਼ਗਾਰ ਦੇਣਾ ਸਰਕਾਰ ਨੇ ਵਾਅਦਾ ਕਰਿਆ ਹੈ ਵੀ ਗਰੰਟੀ ਹੈ ਵੀ ਅਸੀਂ 100 ਦਿਨ ਦਾ ਰੁਜ਼ਗਾਰ ਪਿੰਡਾਂ ਦੇ ਵਿੱਚ ਲੇਬਰ ਤੋਂ ਦੇਣਾ ਠੀਕ ਹੈ ਤੁਸੀਂ ਭਾਗਾ ਵਾਲੇ ਹੋ ਤੁਹਾਨੂੰ 100 ਦਿਨ ਪੂਰਾ ਮਿਲ ਜਾਂਦਾ ਹੈ ਤੁਹਾਡਾ ਪਿੰਡ ਇਕੱਲਾ ਦੇਖਿਆ ਮੈਂ ਜਿਹਨੂੰ 100 ਦਿਨ ਦੇ ਲਾਗੇ 90 ਲਾ ਲਓ 85-100 ਦੇ ਲਗਭਗ ਹੈਗੇ ਤੁਸੀਂ ਸਾਰਿਆਂ ਨੇ ਕੰਮ ਕਰਿਆ ਹੋਇਆ ਹੈ ਨਾ ਕਈ ਪਿੰਡਾਂ 'ਚ ਇਹੋ ਜਿਹੇ ਪਿੰਡ ਨੇ ਹੁਣ ਪਿਛਲੇ ਪਿੰਡਾਂ ਡਿਊਟੀ ਲੱਗੀ ਤੇ ਮੇਰੀ ਬਿਸ਼ਨਪੁਰਾ ਖੋਖਰ ਉਹਨਾਂ ਨੂੰ 5 ਸਾਲ ਹੋ ਗਏ ਕੰਮ ਹੀ ਨਹੀਂ ਮਿਲਿਆ ਹਜੇ ਕਿਉਂ ਉਹਨਾਂ ਦਾ ਕੌਲਮ ਨਹੀਂ ਪੂਰਾ ਸਰਪੰਚ ਹੀ ਨਹੀਂ ਹੈਗਾ ਉਹਨਾਂ ਕੋਲ ਕੋਈ ਉਹਨਾਂ ਨੂੰ 5 ਸਾਲ ਕੰਮ ਹੀ ਨਹੀਂ ਮਿਲਿਆ ਪਰ ਚਲੋ ਤੁਸੀਂ ਵਧੀਆ ਭਾਗਾਂ ਨੇ ਤੁਹਾਨੂੰ 100-100 ਦਿਨਾਂ 90-90-80-80 ਦਿਨ ਫਿਰ ਵੀ ਕੰਮ ਮਿਲਿਆ ਹੋਇਆ ਅਤੇ ਉਹਦੇ ਅਧੀਨ ਤੁਸੀਂ ਕੰਮ ਕਰੀ ਜਾ ਰਹੇ ਹੋ ਪੈਸੇ ਤੁਹਾਡੇ ਕੋਲ ਆਈ ਜਾਂਦੇ ਨੇ ਬਹੁਤ ਵਧੀਆ ਗੱਲ ਆ ਅਤੇ ਆ ਕੀ ਗੱਲ ਵੀ ਹੁਣ ਜਿਹੜੀ ਆਪਾਂ ਇਹ ਗ੍ਰਾਮ ਸਭਾ ਬੁਲਾਈ ਹੋਈ ਹੈ ਇਹਦਾ ਮੇਨ ਮਕਸਦ ਕੀ ਆ ਇਹ ਕੰਮ ਕਿਵੇਂ ਕਰਦੀ ਆ ਤੁਹਾਡੇ ਕੋਲ ਗ੍ਰਾਮ ਸਭਾ ਦੇ ਵਿੱਚ ਪਾਵਰ ਕੀ ਆ ਠੀਕ ਆ ਜੀ ਸਰ ਹੁਣ ਆਪਾਂ ਨੇ ਬੀਬੀ ਪਰਮਜੀਤ ਕੌਰ ਨੂੰ ਪ੍ਰਧਾਨ ਚੁਣਿਆ ਅੱਜ ਗ੍ਰਾਮ ਸਭਾ ਵਾਸਤੇ ਜੀ ਸਰ ਜਿੰਨਾ ਚਿਰ ਆਪਾਂਗੇ ਉਹਦੇ ਲਈ ਬੀਬੀ ਪਰਮਜੀਤ ਕੌਰ ਪ੍ਰਧਾਨ ਨੇ ਹੈ ਨਾ ਅਤੇ ਉਹਨਾਂ ਦੀ ਪ੍ਰਧਾਨ ਗੇਟ ਅੱਜ ਦੀ ਗ੍ਰਾਮ ਸਭਾ ਹੁਣ ਇਹ ਗ੍ਰਾਮ ਸਭਾ ਦਾ ਕੀ ਮਤਲਬ ਹੁਣ ਜਿਹੜੇ ਤੁਹਾਡੇ ਕੰਮ ਹੋਣ ਵਾਲੇ ਨੇ ਗ੍ਰਾਮ ਸਭਾ 'ਚ ਕੰਮ ਲਾ ਲਓ ਜਿਵੇਂ ਤੁਸੀਂ ਨੇ ਪਿੰਡ ਦੇ ਵਿੱਚ ਸਾਂਝੇ ਤੌਰ 'ਤੇ ਕੰਮ ਕਰਨ ਵਾਲੇ ਨੇਗੇ ਜਿਹੜੇ ਸਾਂਝੇ ਨੇ ਸਾਰਿਆਂ ਦੇ ਜੀ ਉਹਨਾਂ ਨੇ ਮਤੇ ਪਾ ਲਏ ਆਪਾਂ ਮਤੇ ਤੁਹਾਨੂੰ ਬਕਾਇਦਾ ਪੜ੍ਹ ਕੇ ਸੁਣਾਏ ਜਾਣਗੇ ਵੀ ਆਹ ਆਹ ਮਤੇ ਪਾਏ ਨੇ ਹੁਣ ਉਹਦੇ ਵਿੱਚ ਤੁਹਾਡੀ ਪਾਵਰ ਕੀ ਆ ਹੁਣ ਜਦੋਂ ਮਤੇ ਪੜ੍ਹ ਕੇ ਸੁਣਾਏ ਜਾਣਗੇ ਹੁਣ ਲਾ ਲਓ ਵੀ ਜੇ ਤਾਂ ਕੰਮ ਸਾਰਿਆਂ ਦਾ ਸਾਂਝਾ ਤੁਸੀਂ ਸਾਈਨ ਬੁੱਕ ਕਰੋਗੇ ਤਾਂ ਉਹ ਪਾਸ ਹੋ ਜਾਊਗਾ ਠੀਕ ਹੈ ਹੁਣ ਜੇ ਤੁਹਾਨੂੰ ਲੱਗਦਾ ਹੈ ਵੀ ਉਹ ਕਿਸੇ ਦਾ ਸਾਂਝਾ ਨਹੀਂ ਹੈਗਾ ਇਕੱਲੇ ਸਰਪੰਚ ਸਾਹਿਬ ਦੇ ਘਰ ਨੂੰ ਸੜਕ ਜਾ ਰਹੀ ਹੈ ਉਹ ਕਰਨੀ ਹੈ ਇਕੱਲੇ ਮੈਂਬਰ ਸਾਹਿਬ ਦੇ ਲੋੜ ਦਾ ਕੰਮ ਹੈ ਹੋਰ ਕਿਸੇ ਸਾਰਿਆਂ ਨੂੰ ਸਾਂਝਾ ਨਹੀਂ ਹੈਗਾ ਉਹ ਤੁਸੀਂ ਸਾਈਨ ਰੂਠੇ ਨਹੀਂ ਕਰੋਗੇ ਤੁਹਾਡੇ ਕੋਲ ਪਾਵਰ ਹੈ ਤੁਸੀਂ ਉਹਨੂੰ ਰੱਦ ਵੀ ਕਰ ਸਕਦੇ ਗ੍ਰਾਮ ਸਭਾ ਦੀ ਠੀਕ ਹੈ ਜੀ ਹੁਣ ਮੰਨ ਲਓ ਸਕੂਲ ਦੇ ਪਿੰਡ ਦੇ ਵਿੱਚ ਕੋਈ ਸਕੂਲ ਹੈ ਤੁਹਾਡਾ ਬੱਚਾ ਹੈ ਪੜ੍ਹਨ ਜਾਂਦਾ ਹੈ ਮਾਸਟਰ ਸਹੀ ਸ਼ਬਦਾਵਲੀ ਨਹੀਂ ਵਰਤਦਾ ਤੁਸੀਂ ਇਸੇ ਤਰੀਕੇ ਨਾਲ ਗ੍ਰਾਮ ਸਭਾ ਬੁਲਾ ਕੇ ਇੱਕ ਮਤਾ ਪਾ ਸਕਦੇ ਹੋ ਮਾਸਟਰ ਦੀ ਬਦਲੀ ਤੱਕ ਕਰਾ ਠੀਕ ਹੈ ਸਰ ਇੰਨੀ ਪਾਵਰ ਹੈ ਓਕੇ ਜੀ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਜੋਬ ਕਾਰਡ ਦੀ ਕਰਾਇਓ ਜੀ ਇੱਕ ਪਾ ਆਹ ਜੋਬ ਕਾਰਡ ਹੈ ਜੀ ਇਹ ਜੋਬ ਕਾਰਡ ਪਹਿਲਾਂ ਤਾਂ ਦੱਸੋ ਤੁਹਾਨੂੰ ਸਾਰਿਆਂ ਨੂੰ ਫ੍ਰੀ ਮਿਲੇ ਹੋਏ ਜੀ ਪੈਸੇ ਤਾਂ ਨਹੀਂ ਲਏ ਕੋਈ ਪੰਜੀ ਰੁਪਏ ਠੀਕ ਹੈ ਹੁਣ ਇੰਨਾ ਜੋਬ ਕਾਰਡ 'ਤੇ ਪੈਸਾ ਸਰਕਾਰ ਲਾ ਰਹੀ ਹੈ ਤੁਹਾਨੂੰ ਫ੍ਰੀ ਦੇ ਰਹੀ ਹੈ ਇਹਦਾ ਕਾਰਨ ਕੀ ਹੋ ਸਕਦਾ ਕੋਈ ਦੱਸ ਸਕਦਾ ਮੈਨੂੰ ਇੰਨੇ ਜਣੇ ਬੈਠੇ ਹੋ ਵੀ ਸਰਕਾਰ ਇੰਨਾ ਪੈਸਾ ਲਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਫ੍ਰੀ 'ਚ ਦੇ ਰਹੀ ਹੈ ਕਾਰਨ ਜੀ ਨਾ ਰੁਜ਼ਗਾਰ ਮਿਲ ਜੂਗਾ ਨੀ ਹੁਣ ਤੁਸੀਂ ਹੋ ਤੁਸੀਂ ਨੇ ਕੰਮ ਕਰ ਲਿਆ ਬੀਬੀ ਜੀ ਕੋਲ ਮੈਡਮ ਜੀ ਕੋਲ ਕੰਮ ਕਰ ਲਿਆ ਕਰਨ ਤੋਂ ਬਾਅਦ ਤੁਸੀਂ ਨੇ ਹਫ਼ਤਾ ਲਾ ਲਿਆ ਮਹੀਨਾ ਲਾ ਲਿਆ ਤੁਹਾਡੇ ਕੋਲ ਕੀ ਪਰੂਫ ਹੈ ਵੀ ਤੁਸੀਂ ਕੰਮ ਕਰਿਆ ਤੁਹਾਡੇ ਕੋਲ ਕੀ ਪਰੂਫ ਹੈ ਵੀ ਤੁਸੀਂ ਕੰਮ ਕਰਿਆ ਕੋਈ ਪਰੂਫ ਨਹੀਂ ਹੈ ਨਾ ਤੁਹਾਡੇ ਕੋਲ ਕੋਈ ਪਰੂਫ ਨਹੀਂ ਵੀ ਤੁਸੀਂ ਕੰਮ ਕਰਿਆ ਸਰਕਾਰ ਨੇ ਆ ਤਾਂ ਦਿੱਤੇ ਨੇ ਤੁਹਾਡੇ ਕੋਲ ਵੀ ਕੋਈ ਪਰੂਫ ਹੋਵੇ ਤੁਸੀਂ ਕੰਮ ਕਰੇ
ਤੁਸੀਂ ਲਾ ਲਓ ਵੀ ਘੱਗਰ ਦੇ ਉੱਤੇ ਸਾਈਡ 'ਤੇ ਬੰਨ ਬਣਾਉਣ ਗਏ ਜਾਂ ਪਾਰਕ ਬਣਾਉਣ ਗਏ ਗਲੀ ਬਣਾਉਣ ਗਏ ਉੱਥੇ ਲੇਬਰ 'ਚ ਕੰਮ ਕਰਿਆ ਤੁਹਾਡੇ ਕੋਲ ਪਰੂਫ ਇਹ ਆ ਇਹਦੇ ਉੱਤੇ ਤੁਸੀਂ ਹਾਜ਼ਰੀ ਲਵਾ ਲਈ ਹਾਜ਼ਰੀ ਲਵਾਉਣ ਤੋਂ ਬਾਅਦ ਜਦੋਂ ਸੈਨ ਗੂਠੇ ਹੋ ਗਏ ਹੁਣ ਮੈਡਮ ਜੀ ਨੇ ਸੈਨ ਕਰੇ ਹੋਏ ਤੁਹਾਡੇ ਕੋਲ ਹੈ ਨਾ ਪਿੰਕੀ ਦੇ ਕੋਲ ਅਤੇ ਇਹਦੇ ਵਿੱਚ ਤੁਹਾਡੇ ਕੋਲ ਇੱਕ ਪਰੂਫ ਹੋ ਗਿਆ ਵੀ ਹਾਂ ਇੰਨੇ ਦਿਨ ਆਹ ਹਫ਼ਤੇ 'ਚ ਆਹ ਮਾਸਟਰੋਲ ਦੇ ਅੰਦਰ ਅਸੀਂ ਕੰਮ ਕਰਿਆ ਠੀਕ ਹੈ ਤੁਹਾਡੇ ਕੋਲ ਇਹ ਪਰੂਫ ਦੇ ਤੌਰ 'ਤੇ ਦਿੱਤੇ ਹੋਏ ਨੇ ਜੋਬ ਕਾਰਡ ਜਿਹੜੇ ਆਹ ਜੋਬ ਕਾਰਡ ਨੇ ਇੰਨੇ ਇਹ ਪਰੂਫ ਦੇ ਤੌਰ 'ਤੇ ਨੇ ਕਈ ਪਿੰਡਾਂ 'ਚ 50,000 ਰੁਪਏ ਤੱਕ ਵੀ ਲਏ ਜਾਂਦੇ ਨੇ ਪਰ ਇਹ ਬਿਲਕੁਲ ਫ੍ਰੀ ਆਉਂਦੇ ਨੇ ਠੀਕ ਹੈ ਚਲੋ ਵਧੀਆ ਉਹਨੂੰ ਵਧੀਆ ਸੁਭਾਅ ਵਾਲੇ ਅਫਸਰ ਮਿਲੇ ਹੋਏ ਨੇ ਹਾਂ ਸਭ ਤੋਂ ਵੱਡੀ ਵੱਡੀ ਗੱਲ ਤਾਂ ਇਹੀ ਹੈ ਵੀ ਵਧੀਆ ਸੁਭਾਅ ਵਾਲੇ ਅਫਸਰ ਮਿਲੇ ਹੋਏ ਨੇ ਜਿਹਨਾਂ ਦੇ ਨਾਲ ਤੁਸੀਂ ਰਲ ਮਿਲ ਕੇ ਵਧੀਆ ਆਪਦਾ ਵੀ ਸੁਭਾਅ ਵਧੀਆ ਰੱਖ ਕੇ ਵਤੀਰਾ ਤੁਹਾਡੇ ਆਪਸ 'ਚ ਮਿਲ ਵਰਤਨ ਵਧੀਆ ਹੈ ਦੇਖੋ ਧੀ ਪੁੱਤ ਭੈਣ ਭਾਈ ਇਹ ਰਿਸ਼ਤੇ ਨਾਲ ਹੀ ਸਾਰਾ ਚੱਲੀ ਜਾਂਦਾ ਹੁੰਦਾ ਹੈ ਨਾ ਹਾਂ ਜਦੋਂ ਮਿਲ ਵਰਤਨ ਖਰਾਬ ਜਿਹਾ ਹੋ ਜਾਂਦਾ ਉਦੋਂ ਥੋੜਾ ਜਿਹਾ ਕੰਮ ਧੰਦੇ ਦੇ ਵਿੱਚ ਵੀ ਰੁਕਾਵਟਾਂ ਆ ਜਾਂਦੀਆਂ ਨੇਗੀਆਂ ਤੁਹਾਨੂੰ ਵੀ ਕੰਮ ਘੱਟ ਮਿਲਣ ਲੱਗ ਜਾਂਦਾ ਹੁਣ ਤੁਸੀਂ ਤਾਂ ਹੀ ਜੇ ਤੁਸੀਂ ਆਪਦਾ ਮਿਲ ਵਰਤਨ ਵਧੀਆ ਵਧਾਇਆ ਹੋਇਆ ਨਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਤੁਹਾਡੇ ਕੋਲ 100-100, 90-90 ਲੱਗੇ ਹੋਏ ਨੇ ਕਿਉਂ ਲੱਗੇ ਹੋਏ ਨੇ ਕਿਉਂ ਲੱਗੇ ਹੋਏ ਨੇ ਵੀ ਤੁਹਾਡੇ ਦਿਨ ਪੂਰੇ ਤੁਹਾਡਾ ਮਿਲ ਵਰਤਨ ਵਧੀਆ ਹੈ ਤੁਹਾਡੇ ਦਿਨ ਤਾਂ ਵਧੀਆ ਲੱਗੇ ਹੋਏ ਨੇ ਤੁਹਾਡੇ ਪੈਸੇ ਵਧੀਆ ਖਾਤਾ ਨਹੀਂ ਪਿੰਡਾਂ 'ਚ 5-5, 10-10 ਦਿਨ ਲੱਗੇ ਹੋਏ ਨੇ ਲੋਕਾਂ ਦੇ 20-20 ਦਿਨ ਮੇਰੇ ਤੋਂ ਆ ਗਏ ਨੀ ਆਏ ਸ਼ਨੀਵਾਰ ਨੂੰ ਪੂਰਾ ਹੁੰਦਾ ਹਫ਼ਤਾ ਹੋ ਗਿਆ ਹਫ਼ਤੇ ਦੇ ਵਿੱਚ ਮਾਸਟਰ ਹਾਲ ਦੇ ਉੱਤੇ ਲਿਖਿਆ ਹੁੰਦਾ ਤੁਸੀਂ ਕਿਹ ਦਿਨ ਆਇਓ ਕਿਹ ਦਿਨ ਨਹੀਂ ਆਏ ਠੀਕ ਹੈ ਤਾਂ ਉਸ ਦੇ ਹਿਸਾਬ ਨਾਲ ਤੁਹਾਡੀ ਹਾਜ਼ਰੀ ਜੋਬ ਕਾਰਡ ਉੱਤੇ ਲੱਗ ਜਾਂਦੀ ਹੈ ਠੀਕ ਹੈ ਜੀ ਸਰ ਇਹ ਹੋ ਗਿਆ ਤੁਹਾਡਾ ਜੋਬ ਕਾਰਡ ਹੁਣ ਜੋਬ ਕਾਰਡ ਨਵਾਂ ਕਿਵੇਂ ਬਣਦਾ ਹੈ ਜਿਵੇਂ ਨਵਾਂ ਕਿਸੇ ਨੇ ਬਣਵਾਉਣਾ ਹੈ ਉਹਦੇ ਲਈ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਇੱਕ ਵੋਟਰ ਕਾਰਡ ਦੀ ਫੋਟੋ ਕਾਪੀ ਆਧਾਰ ਕਾਰਡ ਦੀ ਫੋਟੋ ਕਾਪੀ 3 ਜਾਂ 4 ਫੋਟੋਆਂ ਇੱਕ ਬੈਂਕ ਦੇ ਖਾਤੇ ਦੀ ਫੋਟੋ ਕਾਪੀ ਬੈਂਕ ਦੇ ਖਾਤੇ ਦੀ ਫੋਟੋ ਕਾਪੀ ਉਹ ਦੇਣੀ ਹੈ ਜਿਹੜਾ ਚੱਲਦਾ ਹੈ ਠੀਕ ਹੈ ਹੁਣ ਕਈ ਵਾਰੀ ਕੀ ਦੇਖਿਆ ਬੀਬੀਆਂ ਬੈਂਕ ਦੇ ਖਾਤੇ ਦੀ ਫੋਟੋ ਕਾਪੀ ਉਹ ਦੇ ਦਿੰਦੀਆਂ ਨੇ ਜਿਹੜੇ ਦਾ ਪਤਾ ਹੀ ਨਹੀਂ ਹੁੰਦਾ ਬੈਂਕ ਕਿੱਥੇ ਆ ਅੱਛਾ ਉਹ ਦੇ ਦਿੰਦੇ ਨੇ ਜਿਹਦਾ ਪਤਾ ਹੀ ਨਹੀਂ ਹੁੰਦਾ ਬੈਂਕ ਦੇ ਖਾਤੇ ਦੀ ਫੋਟੋ ਕਾਪੀ ਉਹ ਦੇਣੀ ਹੈ ਜਿਹੜਾ ਚੱਲਦਾ ਖਾਤਾ ਠੀਕ ਹੈ ਉਹ ਫੋਟੋ ਕਾਪੀਆਂ ਮੈਡਮ ਜੀ ਨੂੰ ਜਾਂ ਸਰਪੰਚ ਸਾਹਿਬ ਨੂੰ ਦੇ ਕੇ ਤੁਸੀਂ ਤੁਹਾਡੇ ਕੋਲ ਜਿਹੜਾ ਜੋਬ ਕਾਰਡ ਹੈ 15 ਦਿਨਾਂ ਵਿੱਚ ਬਣ ਕੇ ਆਜੂਗਾ ਦੇਖੋ ਮੈਡਮ ਜੀ ਚੁੱਪ 1 ਮਿੰਟ 15 ਦਿਨਾਂ ਬਾਅਦ ਬਣ ਕੇ ਆਜੂਗਾ ਉਦੋਂ ਬਾਅਦ ਤੁਸੀਂ ਕੰਮ 'ਤੇ ਜਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਸਰ ਹਾਂ ਇੱਦਾਂ ਹੀ ਜੇ ਮੰਨ ਲਓ ਬੱਚਾ ਕੋਈ 18 ਸਾਲ ਦੀ ਉਮਰ ਤੋਂ ਉੱਤੇ ਹੋ ਗਿਆ ਉਹ ਕਹਿੰਦਾ ਹੈ ਵੀ ਮੈਂ ਨਰੇਗਾ 'ਚ ਜਾਣਾ ਹੈ ਤਾਂ 18 ਸਾਲ ਤੋਂ ਘੱਟ ਤਾਂ ਆਪਾਂ ਬੱਚਾ ਚਾਇਲਡ ਮਜ਼ਦੂਰੀ 'ਚ ਗਿਣਦੇ ਹਾਂ ਬੱਚੇ ਵਾਲੀ ਮਜ਼ਦੂਰੀ 'ਚ ਜਿਹੜਾ ਆਪਣੇ ਦੇਸ਼ ਦੇ ਵਿੱਚ ਕ੍ਰਾਈਮ ਹੈ ਠੀਕ ਹੈ ਜਾਇਜ਼ ਨਹੀਂ ਮੰਨਿਆ ਜਾਂਦਾ ਤਾਂ ਜਦੋਂ 18 ਸਾਲ ਤੋਂ ਉੱਤੇ ਹੋ ਜਾਂਦਾ ਬੱਚਾ ਤਾਂ ਉਹਨੇ ਕੰਮ 'ਚ ਕਰਨ ਨਰੇਗਾ 'ਚ ਜਾਣਾ ਹੈ ਨਰੇਗਾ 'ਚ ਜਦੋਂ ਕੰਮ ਕਰਨ ਜਾਣਾ ਹੈ ਤਾਂ ਉਹਦੀ ਜੋਬ ਕਾਰਡ ਦੇ ਵਿੱਚ ਨਾਮ ਹੋਣਾ ਜ਼ਰੂਰੀ ਹੈ ਉਹਨਾਂ ਨਾਮ ਕਿਵੇਂ ਪਵਾਉਣਾ ਹੈ ਉਹ ਵੀ ਇਸੇ ਤਰੀਕੇ ਨਾਲ ਆਧਾਰ ਕਾਰਡ ਦੀ ਫੋਟੋ ਕਾਪੀ ਵੋਟਰ ਕਾਰਡ ਦੀ ਫੋਟੋ ਕਾਪੀ 3 ਜਾਂ 4 ਫੋਟੋਆਂ ਅਤੇ ਬੈਂਕ ਦੇ ਖਾਤੇ ਦੀ ਫੋਟੋ ਕਾਪੀ ਉਹ ਦਿਨੇ ਜਿਹੜਾ ਲੈਣ ਦੇਣਾ 15 ਦਿਨਾਂ ਬਾਅਦ ਨਾਮ ਦਰਜ ਹੋ ਕੇ ਆਜੂਗਾ ਫਿਰ ਉਹ ਬੱਚਾ ਕੰਮ 'ਤੇ ਜਾ ਸਕਦਾ ਠੀਕ ਹੈ ਪੜ੍ਹੇ ਜੀ ਸਮਝ ਆ ਗਏ ਜੀ ਅੱਛਾ ਉਸ ਤੋਂ ਬਾਅਦ ਗੱਲ ਆ ਜਾਂਦੀ ਮਾਸਟਰ ਹਾਲ ਦੀ ਮਾਸਟਰ ਹਾਲ ਦੇਖਿਆ ਸਾਰਿਆਂ ਨੇ ਨਹੀਂ ਦੇਖਿਆ ਹੈ ਨਾ ਬਾਲ ਅੱਛਾ ਮਾਸਟਰ ਹਾਲ ਨਾ ਤੁਹਾਡੇ ਵਾਸਤੇ ਬਹੁਤ ਵੱਡੀ ਘਾਟ ਹੈ ਜਿਹੜਾ ਤੁਸੀਂ ਕਹਿੰਦਾ ਨਹੀਂ ਦੇਖਿਆ ਨਹੀਂ ਤੁਹਾਡੇ SSC 90 ਦਿਨ 100-100 ਪੂਰਾ ਹੋਇਆ ਹੋਇਆ ਬਹੁਤ ਵੱਡੀ ਗਲਤੀ ਹੈ ਤੁਸੀਂ ਨਾ ਜਿਹੜਾ ਮਾਸਟਰ ਹਾਲ ਹੈ ਉਹ ਮੈਂ ਸਮਝਾ ਦਿੰਦਾ ਉਹਦੇ ਉੱਤੇ ਇੱਧਰਲੀ ਸਾਈਡ ਜੋਬ ਕਾਰਡ ਨੰਬਰ ਅੱਗੇ ਨਾਮ ਅੱਗੇ ਤੁਹਾਡੀਆਂ ਹਾਜ਼ਰੀਆਂ ਕਿੰਨੇ ਦਿਨ ਆਉਂਗੇ ਤੁਸੀਂ ਠੀਕ ਹੈ ਉਹ ਹੋਣਾ ਉਹਦੇ ਉੱਤੇ ਹੁੰਦਾ ਅਤੇ ਉੱਪਰਲੇ ਪਾਸੇ ਲਿਖਿਆ ਹੁੰਦਾ ਵੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਮਾਸਟਰ ਹਾਲ ਚੱਲੂਗਾ ਕਿਹੜੀ ਥਾਂ ਦੇ ਉੱਤੇ ਕੰਮ ਹੋਊਗਾ ਅਤੇ
ਕਿਹੜੇ ਅਫਸਰ ਕਿਹੜੇ ਮਹਿਕਮੇ ਵਾਲੇ ਕਰਾਉਣਗੇ ਠੀਕ ਹੈ ਇਹ ਲਿਖਿਆ ਹੁੰਦਾ ਹੁਣ ਉਹਦੇ ਉੱਤੇ ਤੁਸੀਂ ਕੀ ਲਿਖਦੇ ਮਾਸਟਰ ਹਾਲ ਦੇ ਉੱਤੇ ਹੁਣ ਤੁਹਾਡੇ ਸਾਰਿਆਂ ਦੇ ਜੌਬ ਕਾਰਡ ਨੰਬਰ ਯਾਦ ਹੈ ਤੁਸੀਂ ਤੀਹ ਘਰੋਂ ਮਿਲਦਾ ਇਹ ਕਿਹਾ ਨਾ ਮੈਨੂੰ ਇਹ ਗੱਲ ਪੰਜ ਚਾਰ ਬੰਦੇ ਦੀ ਯਾਰ ਹਾਂ ਪੰਜ ਚਾਰ ਬੰਦੇ ਦੀ ਕਿੱਡੀ ਵੱਡੀ ਗਲਤ ਗੱਲ ਆ ਹੁਣ ਚਲੋ ਤੁਹਾਡੇ ਤਾਂ ਤੁਹਾਨੂੰ ਅਫਸਰ ਵਧੀਆ ਮਿਲੇ ਹੋਏ ਨੇ ਨਰੇਗਾ ਦੇ ਜਿਹੜੇ ਸਹੀ ਹਾਜ਼ਰੀ ਲਾ ਰਹੇ ਹੁਣ ਪਤਾ ਕੀ ਹੈ ਬਹੁਤੇ ਪਿੰਡਾਂ 'ਚ ਅਸੀਂ ਕੀ ਦੇਖਿਆ ਬਹੁਤੇ ਪਿੰਡਾਂ 'ਚ ਅਸੀਂ ਕੀ ਦੇਖਿਆ ਵੀ ਆਪਣਾ ਬਥੇਰੀ ਦੇਵੀ ਉਹ ਬਥੇਰੀ ਦੇਵੀ ਦੀਆਂ ਪੰਜ ਛੇ ਬੀਬੀਆਂ ਹੋਰ ਨੇ ਬਥੇਰੀ ਦੇਵੀ ਬਥੇਰੀ ਦੇਵੀ ਬਥੇਰੀ ਦੇਵੀ ਹੁਣ ਨਾਮ ਆ ਬਥੇਰੀ ਦੇਵੀ ਦਾ ਆ ਗਿਆ ਬਸ ਉਹ ਬਥੇਰੀ ਦੇਵੀ ਗਈ ਉਹ ਬੇਚਾਰੀ ਹੁਣ ਕੱਟੀ ਜਾਊਗੀ ਮੇਰੇ ਤਾਂ ਪੈਸੇ ਆਏ ਠੀਕ ਹੈ ਜੀ ਹਨਾ ਹਾਂ ਅੱਛਾ ਉਹ ਜਾਊ ਕਿੱਥੇ ਬੇਚਾਰੀ ਫਿਰ ਹੁਣ ਜਦੋਂ ਪੈਸੇ ਉਹਦੇ ਆਏ ਨੀ ਹੱਲ ਵੀ ਕੋਈ ਨੀ ਹੱਲ ਵੀ ਕੋਈ ਨੀ ਤੇ ਗੱਲ ਆ ਜਾਂਦੀ ਵੀ ਉੱਥੇ ਅਸੀਂ ਕੀ ਦੇਖਣਾ ਸਾਰਿਆਂ ਨੇ ਇਹ ਦੇਖਣਾ ਵੀ ਤੁਹਾਡੇ ਜੌਬ ਕਾਰਡ ਨੰਬਰ ਯਾਦ ਹੋਣਾ ਚਾਹੀਦਾ ਠੀਕ ਹੈ ਜੌਬ ਕਾਰਡ ਨੰਬਰ ਜੇ ਯਾਦ ਹੋਊਗਾ ਤਾਂ ਤੁਸੀਂ ਕਦੇ ਮਾਰ ਨਹੀਂ ਖਾਂਦੇ ਠੀਕ ਹੈ ਹੁਣ ਜਦੋਂ ਜੌਬ ਕਾਰਡ ਨੰਬਰ ਯਾਦ ਆ ਤੁਸੀਂ ਕੰਮ ਤੇ ਗਏ ਤੁਹਾਡਾ ਪੰਜ ਜਣੀਆਂ ਦਾ ਮਾਸਟਰ ਆਲ ਨਿਕਲਿਆ ਹੋਇਆ ਹੁਣ ਤੁਸੀਂ ਪੰਜ ਜਣੀਆਂ ਦੀ ਥਾਂ ਤੇ ਸੱਤ ਅੱਠ ਵੱਗੀਆਂ ਸੱਤ ਅੱਠ ਵੱਗੀਆਂ ਹੁਣ ਉੱਥੇ ਜਸਵੀਰ ਕੌਰ ਜਸਵੀਰ ਕੌਰ ਦੋ ਵੱਗੀਆਂ ਹੁਣ ਪੈਸੇ ਉਹਦੇ ਆਉਣਗੇ ਜਿਹੜੀ ਜਸਵੀਰ ਕੌਰ ਦਾ ਉੱਥੇ ਜੌਬ ਕਾਰਡ ਬੋਲਦਾ ਜਸਵੀਰ ਕੌਰ ਉਹਦੇ ਪਹਿਲਾਂ ਤੁਹਾਡਾ ਜੌਬ ਕਾਰਡ ਨੰਬਰ ਲਿਖਿਆ ਹੋਊਗਾ ਵੀ ਆਹ 201 ਨੰਬਰ ਜੌਬ ਕਾਰਡ ਦੀ ਜਸਵੀਰ ਕੌਰ ਹੈ ਆਹ ਜਸਵੀਰ ਕੌਰ ਹੈਗੇ 40 ਨੰਬਰ ਵਾਲੀ ਠੀਕ ਹੈ ਜੀ ਇਹ 40 ਨੰਬਰ ਵਾਲੀ ਜਸਵੀਰ ਕੌਰ ਹੈ ਇਹ 201 ਵਾਲੀ ਤਾਂ ਉੱਥੇ ਤੁਸੀਂ ਦੇਖਣਾ ਜੇ ਤੁਹਾਡਾ 201 ਨੰਬਰ ਜੌਬ ਕਾਰਡ ਹੈ ਜਸਵੀਰ ਕੌਰ ਦਾ ਨਾ ਤਾਂ ਕੰਮ ਤੇ ਲੱਗ ਜਾਓ ਨਹੀਂ ਆਪਦਾ ਘਰੇ ਆ ਜਾਓ ਆਪਦੀ ਕੋਈ ਕਮੀਨਦਾਰੀ ਦੇਖ ਲਓ ਅੱਛਾ ਬਹੁਤੇ ਪਿੰਡਾਂ 'ਚ ਅਸੀਂ ਕੀ ਦੇਖਦੇ ਹਾਂ ਨਾਮ ਤਾਂ ਜਸਵੀਰ ਕੌਰ ਦੇ ਚੱਲੀ ਜਾਂਦਾ ਕੰਮ ਉਹਦੇ ਘਰ ਵਾਲਾ ਕਰੀ ਜਾਂਦਾ ਠੀਕ ਹੈ ਹੁਣ ਪੈਸੇ ਤਾਂ ਜਸਵੀਰ ਕੌਰ ਦੇ ਖਾਤੇ 'ਚ ਵਗ ਜਾਣਗੇ ਪਰ ਜਦੋਂ ਮਹਿਕਮੇ ਦੀ ਨਿਗ੍ਹਾ 'ਚ ਵਗ ਗਿਆ ਨਾ ਵੀ ਜਸਵੀਰ ਕੌਰ ਤਾਂ ਘਰੇ ਬੈਠੀ ਆ ਕੰਮ 'ਤੇ ਕਦੇ ਗਈਏ ਨਹੀਂ ਬੇਸ਼ੱਕ ਉਹਦੀਆਂ ਹਾਜ਼ਰੀਆਂ ਪਈ ਜਾਂਦੀਆਂ ਨੇ ਉਹਦੇ ਵਿੱਚ ਤੁਹਾਨੂੰ ਸਾਰੇ ਪੈਸੇ ਮੋੜਨੇ ਪੈਣੇ ਕਿਸੇ ਦੇ ਕਾਰਡ ਦੇ ਉੱਤੇ ਕੰਮ ਕਰਦਾ ਹੈ ਚਲੋ ਤੁਸੀਂ ਤਾਂ ਵਧੀਆ ਜੀ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਤਾਂ ਲੇਬਰ ਵੀ ਬਹੁਤ ਥੋੜੀ ਹੈ ਬਹੁਤ ਪਿੰਡਾਂ 'ਚ ਦੇਖਦੇ ਹਾਂ ਪਰ ਅੱਗੇ ਅੱਗੇ ਵੀ ਤੁਹਾਨੂੰ ਦੱਸ ਰਹੇ ਹਾਂ ਵੀ ਅੱਗੇ ਤੁਸੀਂ ਠੀਕ ਹੈ ਸਰ ਠੀਕ ਹੈ ਹਾਂ ਇੱਕ ਮਿੰਟ ਸੁਣੋ ਪਹਿਲਾਂ ਠੀਕ ਹੈ ਵੀ ਕਿਸੇ ਦੇ ਨਾਮ ਤੇ ਦੂਜਾ ਬੰਦਾ ਨਾ ਜਾਵੇ ਜਿਹਦਾ ਨਾਮ ਆ ਉਹੀ ਜਾਵੇ ਠੀਕ ਹੈ ਹੁਣ ਇੱਕ ਪਿੰਡ 'ਚ ਮੈਨੂੰ ਪੁੱਛਿਆ ਕਹਿੰਦੇ ਜੀ ਮੇਰੇ ਘਰੇ ਦਾ ਨਾਮ ਹੈ ਕਹਿੰਦਾ ਮੈਂ ਜਾ ਸਕਦਾ ਭਾਈ ਉੱਥੇ ਵੀ ਇਹੀ ਦਿੱਕਤ ਆ ਜਾਂਦੀ ਵੀ ਹੁਣ ਇਹ ਸਾਰਾ ਸਰਕਾਰੀ ਕੰਮ ਗਿਣਿਆ ਜਾਂਦਾ ਇਹ ਹਾਜ਼ਰੀ ਸਰਕਾਰੀ ਤੌਰ 'ਤੇ ਲੱਗਦੀ ਹੈ ਠੀਕ ਹੈ ਹੁਣ ਕੱਲ੍ਹ ਨੂੰ ਲਾ ਲਓ ਵੀ ਤੁਹਾਡੇ ਪਿੰਡ 'ਚ ਤਾਂ ਹੁਣ ਖਾਸ ਕਰਕੇ ਦੇਖੋ ਪਤਾ ਕੀ ਹੈ ਲੜਾਈ ਝਗੜੇ ਦਾ ਮਾਹੌਲ ਜਾਂ ਸ਼ਰਾਬ ਪੀ ਕੇ ਬੰਦੇ ਦਾ ਉਹੀ ਬਣ ਜਾਂਦਾ ਹੈ ਨਾ ਉੱਧਰੋਂ ਬੀਬੀ ਤਾਂ ਆਪਦੇ ਘਰ ਵਾਲੇ ਦੇ ਨਾਮ 'ਤੇ ਗਈ ਹੋਵੇ ਘਰ ਵਾਲਾ ਇੱਧਰ ਕਿਸੇ ਦਾ ਸਿਰ ਪਾੜ ਗਏ ਥਾਣੇ ਦਰਬਾਰੇ ਗੱਲ ਪਹੁੰਚ ਗਈ ਤਾਂ ਉੱਥੇ ਜਵਾਬ ਦੇ ਪਤਾ ਕੌਣ ਹੈ ਸਰਪੰਚ ਸਾਹਿਬ ਦੇ ਤੁਹਾਡੇ ਮੈਡਮ ਜੀ ਠੀਕ ਹੈ ਸਰ ਜੀ ਠੀਕ ਹੈ ਜਿਹਦਾ ਨਾਮ ਹੈ ਉਹੀ ਜਾਓ ਦੂਜਾ ਨਾ ਜਾਓ ਠੀਕ ਹੈ ਕੱਲ ਨੂੰ ਜਵਾਬ ਦੇ ਹੀ ਇਹਨਾਂ ਦੀ ਇਹ ਜੇ ਤੁਸੀਂ ਕਹੋ ਇੱਕ ਅੱਧਾ ਦਿਨ ਵੀ ਇੱਕ ਅੱਧਾ ਦਿਨ ਕਹਿ ਦਈਏ ਵੀ ਚੱਲ ਜੇ ਉਹ ਕੀ ਪਤਾ ਇੱਕ ਅੱਧੇ ਦਿਨ 'ਚ ਸਿਆਪਾ ਚੱਲ ਹੈ ਜਿਹਦਾ ਨਾਮ ਹੈ ਉਹੀ ਜਾਓ ਐ ਵੀ ਜਵਾਬ ਦੇ ਹੀ ਕਿਸੇ ਦੂਜੇ ਨੂੰ ਨਾ ਪਿਓ ਠੀਕ ਹੈ ਜਿਹਦਾ ਨਾਮ ਉਹ ਹੀ ਕੰਮ ਤੇ ਹੋਣਾ ਚਾਹੀਦਾ ਹਾਜ਼ਰੀ ਦੌਰਾਨ ਠੀਕ ਹੈ ਤੇ ਭਾਈ ਕੰਮ ਜਦੋਂ ਤੁਸੀਂ ਕੰਮ ਤੇ ਜਾਣਾ ਨਰੇਗਾ 'ਚ ਕਿ ਵਜੇ ਜਾਣੀ ਹੁੰਦੀ ਹੋ ਸੱਚ ਦੱਸਿਓ ਦੇਖੋ ਅੱਜ ਮੈਂ ਸਾਰਾ ਹਿਸਾਬ ਕਿਤਾਬ ਲਾਇਆ ਬੀਬੀ ਕਿਆ ਹੈ ਕਿੰਨੇ ਗੱਲ ਲੇਬਰ ਝੂਠ ਨੀ ਬੋਲਦੀ ਨੌ ਸਾਢੇ ਨੌ ਪਤਾ ਕੀ ਹੈ ਜੀ ਸੁਣੋ ਮੇਰੀ ਗੱਲ ਅੱਗੇ ਤੋਂ ਪਤਾ ਕੀ ਸੁਣੋ ਤੁਸੀਂ ਜਦੋਂ ਵੀ ਕੰਮ ਤੇ ਜਾਓ 8 ਵਜੇ ਤੁਸੀਂ ਕੰਮ ਤੇ ਹੋਣੇ ਚਾਹੀਦੇ ਚਲੋ ਠੀਕ ਹੈ
ਚਲੋ ਠੀਕ ਹੈ ਤੁਸੀਂ 8 ਵਜੇ ਕੰਮ ਤੇ ਜਾਇਆ ਕਰੋ ਭਾਈ ਜੁੱਪਾ ਤੁਸੀਂ 8 ਵਜੇ ਜਾ ਰਹੇ ਹੋ 1 ਮਿੰਟ ਜੁੱਪ ਜੀ 5 ਵਜੇ ਕਿਹੜੇ 8 ਵਜੇ 1 ਮਿੰਟ ਜੁੱਪ ਜੀ ਚਲੋ ਠੀਕ ਹੈ 8 ਵਜੇ ਕੰਮ ਤੇ ਪਹੁੰਚ ਜਾਇਆ ਕਰੋ ਠੀਕ ਹੈ ਦੂਸਰੀ ਗੱਲ ਹੈ ਜਿਹੜਾ ਆ ਤੁਹਾਡਾ ਖਾਤਿਆਂ ਦੀ ਦਿੱਕਤ ਆ ਖਾਤਿਆਂ ਦੀ ਦਿੱਕਤ ਸੁਣ ਲਓ ਜੀ ਹੁਣ ਤੁਸੀਂ ਜਦੋਂ ਬੈਂਕਾਂ ਦੇ ਖਾਤੇ ਦਿੰਦੇ ਹੋ ਨਾ ਮੈਡਮ ਸਾਹਿਬ ਨੂੰ ਦਿੰਦੇ ਹੋ ਜਾਂ ਕੋਈ ਹੋਰ ਮਹਿਕਮੇ ਵਾਲੇ ਆ ਜਾਂਦੇ ਨੇਗੇ ਸਾਡੇ ਉਹਨਾਂ ਨੂੰ ਪੈਸਿਆਂ ਵਾਸਤੇ ਅਕਾਊਂਟ ਦਿੰਦੇ ਹੋ ਆਪਦੇ ਖਾਤੇ ਨਾਲ ਜੋੜਨ ਦੇ ਤਾਂ ਅਕਾਊਂਟ ਉਹ ਦਿਆ ਕਰੋ ਜਿਹਦੇ ਨਾਲ ਲੈਣ ਦੇਣ ਹੋਵੇ ਇੱਕ ਹੋਰ ਜਿਹੜੀ ਵੱਡੀ ਗੱਲ ਆ ਤੁਸੀਂ ਕੀ ਕਰਦੇ ਹੋ ਸੈਨ ਅੰਗੂਠਾ ਕਰਨ ਲੱਗੇ ਘੋਲ ਨਹੀਂ ਕਰਦੇ ਹੈ ਨਾ ਜਿਹੜਾ ਆਇਆ ਦੈੜ ਦੇਣੇ ਲਵਾ ਕੇ ਅੰਗੂਠਾ ਅਗਲਾ ਤੁਹਾਡਾ ਖਾਤਾ ਖੋਲ੍ਹ ਕੇ ਬਾਹਰ ਜਾਂਦਾ ਠੀਕ ਹੈ ਤੁਸੀਂ ਬੈਂਕਾਂ 'ਚ ਕਈਆਂ ਜਿਹੀਆਂ ਜੇ ਦੇਖੇ ਨੇ ਪਿੰਡ ਮੈਂ ਉਹ ਬੀਬੀਆਂ ਹੈ ਨਾ ਪਿੰਡ 'ਚ ਕੋਈ ਖਾਤਾ ਖੋਲ੍ਹਣ ਆ ਗਿਆ ਉਹ ਅੰਗੂਠਾ ਲਵਾ ਕੇ ਖਾਤਾ ਖੋਲ੍ਹ ਕੇ ਵੱਗ ਗਿਆ ਉਹ ਤੁਹਾਡੇ ਪੈਸੇ ਵੀ ਨਰੇਗਾ ਵਾਲੇ ਕੁਦਰਤੀ ਉਹ ਖਾਤਿਆਂ 'ਚ ਆਉਣ ਲੱਗ ਗਏ ਹੁਣ ਉਹ ਦੇ ਕੇ ਕਿਵੇਂ ਜਾਂਦਾ ਉਹ ਅੰਗੂਠਾ ਲਵਾਉਂਦਾ ਜੇ ਤੁਹਾਡਾ 1400 ਆਇਆ ਹੋਇਆ ਉਹ ਤੁਹਾਨੂੰ 1000 ਦੇ ਕੇ ਜਾਊਗਾ 400 ਦੀ ਜੇਬ 'ਚ ਫਿਰ ਤੁਸੀਂ ਕਹੀ ਜਾਂਦੇ ਹੋ ਮੇਰੇ ਫਲਾਣੇ ਹਫ਼ਤੇ ਦੇ ਪੈਸੇ ਮੇਰੇ ਫਲਾਣੇ ਨਹੀਂ ਆਏ ਆਉਣਗੇ ਦੇਖੋ ਅੱਧੇ ਸਾਫ਼ ਆ ਗਿਆ ਹੈ ਨਾ ਵੀ ਅਨਪੜ੍ਹਤਾ ਨੂੰ ਇੰਨਾ ਕੋਰਾ ਨਾ ਰੱਖਿਆ ਕਰੋ ਤੁਹਾਡੇ ਜਵਾਕ ਜਿੰਨੇ ਵੀ ਪੜ੍ਹੇ ਲਿਖੇ ਨੇ ਹੁਣ ਹੈ ਨਾ ਕਾਪੀਆਂ ਦੇ ਉੱਤੇ ਐਂਟਰੀਆਂ ਜਿਹੜੇ ਹੁਣ ਬੈਂਕਾਂ ਨੇ ਕਾਪੀਆਂ ਵੀ ਦਿੰਦੀਆਂ ਨੇ ਕਾਪੀਆਂ ਦੇ ਉੱਤੇ ਐਂਟਰੀ ਵੀ ਹੁੰਦੀ ਹੈ ਹੁਣ ਜਿਹੜੇ ਇਹ ਕਾਪੀ ਵੀ ਨਹੀਂ ਦਿੰਦੇ ਕੋਈ ਐਂਟਰੀ ਵੀ ਨਹੀਂ ਕੋਈ ਪ੍ਰੂਫ ਨਹੀਂ ਕਈ ਪਿੰਡਾਂ ਚ ਲੇਬਰ ਜ਼ਿਆਦਾ ਹੁੰਦੀ ਹੈ ਤਾਂ ਜਦੋਂ ਤੁਸੀਂ ਕੰਮ ਦੀ ਮੰਗ ਕਰਨੀ ਆਪਦੀ ਲਿਸਟ ਬਣਾ ਲਿਆ ਕਰੋ ਲਿਸਟ ਦੇ ਹਿਸਾਬ ਨਾਲ 20-20 ਜਾਣਿਆਂ ਦੀ ਲਿਸਟ 10-10 ਜਾਣਿਆਂ ਦੀ ਲਿਸਟ ਜਿਹਦੀ ਵਾਰੀ ਜਾਏਗੀ ਹੈ ਨਾ ਠੀਕ ਹੈ।